ਪਹਿਲਾਂ ਸਿਮਰਜੀਤ ਸਿੰਘ ਮਾਨ ਦੇ ਜਿਹੜੇ ਪ੍ਰੋਗਰਾਮ ਦੇ ਕਰਤਾ ਧਰਤਾ ਰਹੇ ਮਾਨ ਦੇ ਅਕਾਲੀ ਦਲ ਸਿਮਰਜੀਤ ਸਿੰਘ ਮਾਨ ਦੇ ਜਿਹੜੇ ਸੀਨੀਅਰ ਆਗੂ ਨੇਗੇ ਬੜੇ ਸੰਬੰਧਿਤ ਕਲਕੱਤਾ ਦੀ ਮੇਰੇ ਨਾਲ ਮੌਜੂਦ ਨੇ, ਆਪਾਂ ਗੱਲਬਾਤ ਕਰਾਂਗੇ ਵੀ ਉਹ ਜਿਹੜੀ ਚੋਣ ਕੰਪੇਨ ਆ ਉਹ ਕਿਸ ਤਰੀਕੇ ਨਾਲ ਜਿਹੜੀ ਸਿਮਰਜੀਤ ਸਿੰਘ ਮਾਨ ਦੀ ਚੱਲ ਰਹੀ ਹੈ। ਬਈ ਸਤਿ ਸ਼੍ਰੀ ਅਕਾਲ ਵੀਰੇ, ਸਾਡੀਆਂ ਅਰਦਾਸਾਂ 'ਚ ਕਿਹਾ ਗਿਆ ਰਾਜ ਕਰੇਗਾ ਖਾਲਸਾ, ਤੇ ਬੜੀ ਪਵਿੱਤਰ ਸ਼ਬਦ ਹੈ। ਹੁਣ ਖਾਲਸੇ ਦਾ ਰਾਜ ਆਉਣ ਜਾ ਰਿਹਾ, ਜਿੰਨੀਆਂ ਸਮਾਜ 'ਚ ਬੁਰਾਈਆਂ ਜਿੰਨਾ ਚਿਰ ਖਾਲਸੇ ਦਾ ਰਾਜ ਨਹੀਂ ਆਉਂਦਾ ਹੱਲ ਨਹੀਂ ਹੋ ਸਕਦਾ। ਸੋ ਖਾਲਸੇ ਦਾ ਰਾਜ ਕਰੇਗਾ ਖਾਲਸਾ ਇਹ ਸ਼ਬਦ ਨਾਲ ਡਰਾਇਆ ਜਾਂਦਾ ਅੱਜ ਲੋਕਾਂ ਨੂੰ। ਤੁਸੀਂ ਪਤਾ ਖਾਲਸੇ ਦਾ ਰਾਜ ਕਹਿ ਰਹੇ ਹੋ, ਖਾਲਸੇ ਦਾ ਰਾਜ ਉਹ ਧਰਮ ਦਾ ਰਾਜ, ਖਾਲਸਾ ਦਾ ਰਾਜ ਉਹ ਲੋਕਾਂ ਦਾ ਰਾਜ, ਖਾਲਸਾ ਦਾ ਰਾਜ ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਰਾਜ। ਸੋ ਖਾਲਸੇ ਨੇ ਕੁਰਬਾਨੀਆਂ ਦਿੱਤੀਆਂ ਹਿੰਦ ਵਾਸਤੇ, ਅੱਜ ਜੇ ਹਿੰਦ ਆਜ਼ਾਦੀ ਦਾ ਨਿੰਦ ਮਾਰ ਰਿਹਾ ਤੇ ਸਾਡੇ ਜਿਹੜੇ ਪੁਰਖ ਸੀ ਉਹ ਪੁਰਖਾਂ ਕਰਕੇ ਸਾਡੇ ਵੰਡ ਵਟੇਰਾ ਕਰਕੇ। ਸੋ ਆਜ਼ਾਦੀ ਅਸੀਂ ਦਵਾਈ ਇਸ ਦੇਸ਼ ਨੂੰ, ਹਜ਼ਾਰਾਂ ਸਾਲਾਂ ਦੀ ਇਸ ਦੇਸ਼ ਦੀ ਗੁਲਾਮੀ ਸੀ, ਹਜ਼ਾਰ ਸਾਲ ਮੁਗਲਾਂ ਦੀ ਗੁਲਾਮੀ, ਵੱਖ ਵੱਖ ਰਾਜਾਂ ਦੀ ਗੁਲਾਮੀ, 150 ਸਾਲ ਅੰਗਰੇਜ਼ਾਂ ਦੀ ਗੁਲਾਮੀ, ਉਹ ਗੁਲਾਮੀ ਦੀਆਂ ਜ਼ੰਜੀਰਾਂ ਸਾਡੇ ਸ਼ਹੀਦਾਂ ਨੇ ਤੋੜੀਆਂ ਤੇ ਰਾਜਭਾਗ ਸਾਡੇ ਕੋਲ ਕਿੱਥੇ ਰਹਿ ਗਿਆ? ਗੁਰੂ ਸਾਹਿਬ ਨੇ ਕਿਹਾ ਮੀਰੀ ਪੀਰੀ ਦੀ ਸਿਆਸਤ, ਇਨ ਗਰੀਬ ਸਿੱਖੋ ਕੋ ਬਖਸ਼ੀ ਮਾਂ ਬਾਦਸ਼ਾਹੀਆਂ। ਸੋ ਸਾਡੀ ਕੌਮ ਰਾਜਭਾਗ ਵਾਸਤੇ ਪੈਦਾ ਹੋਈ ਹੈ, ਪਰ ਦਿੱਲੀ ਤੋਂ ਆਏ ਕੇਜਰੀਵਾਲ ਨੇ ਸਾਡੇ ਬੱਚਿਆਂ ਦੇ ਸਿਰਾਂ ਤੇ ਟੋਪੀਆਂ ਰੱਖਤੀਆਂ। ਸੋ ਮੋੜਾ ਵੱਡੇ ਵੱਟਾ ਮਾਰਿਆ, ਮੋੜਾ ਕੱਢਿਆ ਜਵਾਨੀ ਨੇ ਸਾਰੀ ਅੱਜ। ਸੋ ਜਵਾਨੀ ਖੜੀ ਹੈ ਅੱਜ, ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਸੰਗਰੂਰ ਤੋਂ, ਭਾਈ ਲੱਖਾ ਸਿਧਾਣਾ ਨੂੰ ਬਠਿੰਡਾ ਤੋਂ, ਭਾਈ ਅਮਰਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ, ਭਾਈ ਸਰਬਜੀਤ ਨੂੰ ਫਰੀਦਕੋਟ ਤੋਂ ਜਿਤਾ ਕੇ ਹਿੰਦੁਸਤਾਨ ਦੀ ਜਿਹੜਾ ਤਖ਼ਤ ਹੈ ਉੱਥੇ ਬਿਠਾਵਾਂਗੇ। 40% 'ਚ ਸਾਡੀ ਵਾਪਸੀ ਹੋਏਗੀ, ਆਉਣ ਵਾਲੀਆਂ ਵੋਟਾਂ 'ਚ ਇਹ ਵਾਪਸੀ ਅਸੀਂ 70% ਤੱਕ ਲੈ ਜਾਵਾਂਗੇ। ਖਾਲਸਾ ਦੇ ਰਾਜ ਦੀ ਸ਼ੁਰੂਆਤ ਤੇ ਹੁਣ ਪੰਜਾਬ ਆਪਦੇ ਨਾਲ ਖੜੂਗਾ ਤੇ ਖੜ ਗਿਆ। ਧੰਨਵਾਦ।